ਜ਼ਿਲ੍ਹਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਐਰਿਕ ਉਰਫ ਕੰਨੀ ਅਤੇ ਉਸ ਦੇ ਸਾਥੀ ਸਰਵਨ ਸਿੰਘ ਨੂੰ 8 ਕਿਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ। ਦਰਅਸਲ ਮਿਲਾਵਟ ਦੇ ਦੌਰ 'ਚ ਇੱਕ ਮਿਲਾਵਟੀ ਹੈਰੋਇਨ ਨੂੰ ਬਾਜ਼ਾਰ 'ਚ ਵੇਚਣ ਦਾ ਕੰਮ ਕਰਦੇ ਸਨ। ਦਰਅਸਲ ਪਾਕਿਸਤਾਨ ਤੋਂ ਹੈਰੋਇਨ ਦੇ ਅੰਦਰ ਦਿੱਲੀ ਤੋਂ ਖਰੀਦਿਆ ਹੋਇਆ ਨਸ਼ੀਲਾ ਪਾਊਡਰ ਮਿਲਾ ਕੇ ਉਸ ਨੂੰ ਹੈਰੋਇਨ ਬਣਾ ਦਿੰਦੇ ਸਨ। ਅੰਮ੍ਰਿਤਸਰ ਤੋਂ ਗਜਨਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।